ਹਾਂਜੀ ਗਾਇਸ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਆਸ ਕਰਦੇ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ। ਸ਼ੁਰੂ ਕਰਨ ਲੱਗਿਆ ਆਪਣਾ ਅੱਜ ਦਾ ਵਲੌਗ। ਸੋ ਜੀ, ਟਾਈਮ ਜਿਹੜਾ ਹੋ ਚੁੱਕਿਆ 6:45 ਹੋ ਗਏ ਹੈਗੇ, ਅਤੇ ਉੱਠ ਕੇ ਮੈਂ ਚੱਕ ਲਏ ਟੋਕਰੇ ਟੱਕਰੇ। ਮੈਂ ਕਹਿੰਦਾ ਚਲੋ ਟਾਈਮ ਨਾਲ ਆਪਦਾ ਪੱਠੇ ਦੱਥੇ ਪਾਲ ਗਏ, ਕਿਉਂਕਿ ਰਾਤ ਵੀ ਟਾਈਮ ਨਾਲ ਹੀ ਸੌਂ ਗਏ ਸੀਗੇ, ਹੈ ਨਾ। ਕੱਲ੍ਹ ਥੱਕੇ ਹੋਏ ਸੀਗੇ ਸਾਰੇ ਦਿਨ ਦੇ, ਅਤੇ ਉਹਦੇ ਕਰਕੇ ਫਿਰ ਉੱਠ ਵੀ ਟਾਈਮ ਨਾਲ ਖੜ੍ਹੇ। ਪਰ ਜਦੋਂ ਵੀ ਟੋਕਰੇ ਚੱਕੇ, ਉਧਰੋਂ ਮੰਮੀ ਨੇ ਆਏ ਕੰਨ ਚੱਕ ਲਏ ਤਾਂ ਉਹਨੂੰ, ਕਹਿੰਦੀ ਤੁਰ ਜਾ ਇੱਥੋਂ ਪਰਾਂ, ਤੜਕੇ ਮੱਝ ਹਿਲਾ ਦੇਗਾ। ਮੈਨੂੰ ਮਹੀਨਾ ਹੋ ਗਿਆ ਮੈਂ ਕਿਸੇ ਨੂੰ ਥਾਇਆ ਨਹੀਂ ਗਾ, ਮੈਨੂੰ ਆਇਆ ਸੀ ਮੱਝ ਨਾ ਹਿਲਜੇ, ਤੂੰ ਤੜਕੇ ਚੱਕ ਲਏ ਟੋਕਰੇ। ਮੈਂ ਕਿਹਾ ਚਲੋ ਬਈ, ਇਹ ਟੋਕਰੇ ਨਹੀਂ ਚੱਕਣ ਦਿੰਦੇ ਤਾਂ ਆਪਾਂ ਉਹਦਾ ਸੈਰ ਕਰਿਆ ਅੱਗੇ। ਸੋ ਤਾਂ ਕਰਕੇ ਨਿਕਲੇ ਹਾਂ ਕਿ ਸੈਰ 'ਤੇ। ਬਾਕੀ ਰਵਿੰਦਰ ਆ ਗਈ ਹੈਗੀ, ਵਧੀਆ, ਚਲੋ ਪਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਓਕੇ ਰਿਪੋਰਟ ਹੋ ਗਿਆ। ਅਤੇ ਬੱਦਲਾਂ 'ਚ ਵੇਖੋ ਕਿੰਨੇ ਜ਼ਿਆਦੇ ਆ, ਦੇਖੋ 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 ਬੱਦਲਾਂ, ਬੱਦਲ ਖੱਟੇ ਖੱਟੇ ਰੰਗ ਦੇ ਹੋਏ ਪਏ ਆ ਬੱਦਲ, ਅੱਜ ਸਾਰੇ ਟੂ ਜੈਡ ਬੱਦਲਾਂ ਨਾਲ ਭਰਿਆ ਪਿਆ ਗਾ ਸਮਾਨ। ਤੇ ਲਓ ਵੀ ਪਹਿਲੀ ਬੱਸ ਆ ਗਈ, ਦੇਖੋ ਫਿਰ 6:45 ਬਠਿੰਡੇ ਜਾਣ ਦੇ ਲਈ ਇੱਧਰੋਂ ਫਰੀਦਕੋਟੋਂ। ਚਲੋ ਹੁਣ ਆਪਾਂ ਸੈਰ ਸੂਰ ਕਰ ਲਈਏ, ਬਾਕੀ ਦੇ ਵਲੌਗ ਨੂੰ ਕਰਦੇ ਹਾਂ ਦਿਨ ਚੜ੍ਹ ਗਿਆ ਜਦੋਂ ਉਦੋਂ ਕੰਟੀਨਿਊ, ਅਤੇ ਚੱਲ ਗਏ ਦਵਾ ਦਵ ਜਾਗੇ ਅਤੇ ਦਵਾ ਦਵ ਅੱਗੇ ਆਪਾਂ ਉਹਦੇ ਕੰਮ ਕਰਨ ਮੇਟ ਕੇ ਆ ਗਏ। ਹੁਣ ਟਾਈਮ ਹੋ ਚੁੱਕਿਆ ਆਪਣੇ ਚਾਹ ਪਾਣੀ ਦਾ, ਅਤੇ ਗੁਲਾਬ ਜਾਮਣਾਂ ਨੂੰ ਆਪਾਂ ਪਹਿਲਾਂ ਵਾਢਾ ਧਰਤਾ, ਇਸ ਕਰਕੇ ਧਰਿਆ ਗਾ ਕਿਉਂਕਿ ਫਿਰ ਗੁਲਾਬ ਜਾਮਣਾਂ ਨਾ ਛੇਤੀ ਖਰਾਬ ਹੋ ਜਾਂਦੀਆਂ ਗਰਮੀ ਕਰਕੇ। ਫਿਰ ਮੈਂ ਕਿਹਾ ਚਲੋ ਬਾਅਦ ਦੇ ਵਿੱਚ ਆਪਾਂ ਜਿਹੜੀਆਂ ਬਰਫੀ ਬੁਰਫੀ ਤਾਂ ਜ਼ਿਆਦਾ ਦਿਨ ਕੱਢ ਜਾਂਦੀ ਹੁੰਦੀ ਆ, ਤਾਂ ਕਰਕੇ ਫਿਰ ਅਤੇ ਇੱਧਰ ਚੱਲ ਪਿਆ। ਕਿਵੇਂ ਫਿਰ ਦਵਿੰਦਰ, ਅੱਜ ਕਿਸਾ ਲੱਗਾ ਆਪਕੋ? ਹੈਂ ਦਵਿੰਦਰ, ਨੀਂਦ ਲਾ ਕੇ ਉੱਠੀ ਆ ਤੜਕੇ। ਦਵਿੰਦਰ ਨੂੰ ਅੱਜ ਇੰਝ ਲੱਗਿਆ ਹੋਣਾ ਵੀ ਯਾਰ ਬੜੇ ਯਾਰ ਫਸੇ। ਕਿਉਂ, ਕਾਹਦੇ ਨਾਲ ਫਸੇ? ਨਹੀਂ ਪਰ ਲੱਗਦਾ ਰਹਿ ਗਏ ਆ 20 ਦਿਨ ਕਿੱਥੇ ਢੋਲੇ ਦੇ ਲਾਈਆਂ ਹੁਣ ਘਰੇ। ਨਾ ਨਾ ਨਾ, 8:30 8:30 ਵਜੇ ਉੱਠਦੀ ਹੁੰਦੀ ਨਾ। ਹਾਂ ਹਾਂ ਸੱਚ ਕਹੀਏ ਤੇ 5 ਵਜੇ ਵੀ ਰਿਪਲਾਈ ਆ ਜਾਂਦਾ ਸੀ। ਕਿੱਥੇ? ਅੱਖਾਂ ਫਿਰ ਤੂੰ ਪਤਾ ਕੀ ਕਰਦੀ, ਜਿਵੇਂ 5 ਵਜੇ ਉੱਠ ਖੜੇ, 10-15-20 ਮਿੰਟ ਅੱਧਾ ਘੰਟਾ, ਉਹ ਤੋਂ ਬਾਅਦ ਲੇਟੇ ਤੇ ਆਹੋ ਰਾਤ 1-2 ਵਜੇ ਵੀ ਕਰੀ ਜਾਂਦੀ, ਮੈਨੂੰ ਨੀਂਦ ਨੀ ਨੀਂਦ ਨੀ ਆਈ। ਮੈਨੂੰ ਕਰੀ ਜਾਵੇ, ਤੁਸੀਂ ਮੌਜਾਂ ਨੂੰ ਸੁੱਤੇ ਪਏ, ਮੈਨੂੰ ਨੀਂਦ ਨੀ ਆਉਂਦੀ। ਤੇ ਮੈਂ ਪਰ ਮੈਂ ਹੁਣ ਦੱਸ ਕੀ ਕਰਾਂ, ਵੀ ਨੀਂਦ ਨੀ ਆਉਂਦੀ ਤਾਂ ਆਰਾਮਦਾਰੀ ਨਾਲ ਸੌਂ ਜਾ, ਪੈ ਜਾ ਆਰਾਮਦਾਰੀ ਨਾਲ, ਕੋਈ 10 ਮਿੰਟ ਕੁਛ ਨਾ ਕੁਛ ਕਰ ਲਵੇ, ਜਿਹੜੀ ਚੀਜ਼ ਤੋਂ ਬੰਦਾ ਬੋਰ ਹੁੰਦਾ ਵੀ ਜੋ ਨੀਂਦ ਨਾ ਆਉਂਦੀ ਹੋਵੇ, ਆਪੀ ਆ ਜਾਂਦੀ ਆ। ਨੈੱਟ ਦੇਖ ਲੈਂਦੀ, ਐਂ ਹੁੰਦੇ ਪੁਰਾਣੇ ਬੰਦੇ, ਐਂ ਨੀ ਕਹਿਣਾ ਵੀ ਤੂੰ ਫੋਨ ਚਲਾ ਲੈਂਦੀ ਨੈੱਟ ਦੇਖ ਲੈਂਦੀ, ਨੈੱਟ ਤਾਂ ਦੇਖਿਆ ਨੀ ਜਾਂਦਾ ਹੁੰਦਾ। ਅੰਦਰ ਆ ਗਏ ਸਿੰਘ ਸਾਹਿਬ ਦੀ ਗ੍ਰੇਟ ਵੀ ਆ ਗਈ। ਕੀ ਕਹਿੰਦੀ? ਅਖਬਾਰ ਪੜ੍ਹਨ ਲੱਗ ਜਾਵੇ ਜਦੋਂ ਨੀਂਦ, ਹੈਂ ਜੇ ਨੀਂਦ ਨਾ ਆਉਂਦੀ ਹੋਵੇ ਅਖਬਾਰ ਪੜ੍ਹਨ ਲੱਗ ਜੇ। ਹਾਂ ਉਹ ਪੜ੍ਹ, ਉਹ ਸਿਰਾਣੇ ਰੱਖ ਲਾ, ਜੇ ਉਹਦਾ ਨੀਂਦ ਨਾ ਆਵੇ, ਉਹ ਜਦੋਂ ਨੀਂਦ ਨਾ ਆਵੇ ਨਾ ਉਹ ਪੜ੍ਹਨ ਲੱਗ ਜੇ। ਹਾਂ ਓਪਰਾ ਕਰ ਗਈ ਤੂੰ, ਤਾਂ ਨੀ ਹੈ ਇੱਧਰ ਦੇਖੋ ਚੂਹੇ ਨੂੰ ਮੂੰਹ ਜਿਹਾ ਕੱਢ ਕੇ ਬਾਹਰ ਲੈ ਲੈ, 5-6 ਪੀ ਕੇ ਕੌਲੇ ਚਾਹ ਦੇ, ਹੁਣ 6ਵੇਂ ਵਾਰੀ ਕਹਿੰਦੀ ਇਹਦੇ 'ਚ ਕੀ ਆ, ਚਾਹ ਸਵਾਦ ਨਹੀਂ। ਹੈਂ ਟੈਂ 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 ਨਾ ਨਾ ਨਹੀਂ, ਇਹ ਦੋ ਕੱਲ ਵੀ ਚਾਹ ਪੀਤੀ ਇਹਨੇ,
ਮੈਨੂੰ ਕਹਿਣ ਦਾ ਸਾਰਾ ਤੁਹਾਨੂੰ ਗੰਮੀ ਚਾਹ ਬਣਾਉਂਦੀ ਹੁੰਦੀ ਆ ਭੁੱਖ ਬਾਹਲੀ ਲੱਗੀ ਸੀਗੀ ਖਾ ਖੂ ਕੇ ਤੇ ਅਸੀਂ ਉਹਨੂੰ ਕਿਹਾ ਨਾ ਰੇਹੜੀ ਵਾਲੇ ਨੂੰ ਅਸੀਂ ਕਿਹਾ ਬਾਈ ਯਾਰ ਸਵਾਦ ਨੀ ਆਇਆ ਪਕੌੜੇ ਖਾਣ ਦਾ ਬ੍ਰੈਡ ਖਾਣ ਦਾ ਉਹ ਕਹਿੰਦਾ ਸਵਾਦ ਕੀ ਆ ਵੀ ਕਹਿੰਦਾ ਜੇ ਦੋ ਖਾਧੇ ਹੁੰਦੇ ਤਾਂ ਤੁਹਾਨੂੰ ਐਂ ਲੱਗਦਾ ਆਹ ਆਹ ਬੜੇ ਸਵਾਦ ਆ ਕਹਿੰਦਾ ਤੁਸੀਂ ਖਾ ਤਾਂ ਅੱਠ ਗਏ ਕਹਿੰਦਾ ਸਵਾਦ ਤੁਹਾਨੂੰ ਕਿੱਥੋਂ ਆਵੇ ਉਹ ਗੱਲ ਪੀਤੀ ਦੀ ਆ ਜਦੋਂ ਆਪਾਂ ਜ਼ਿਆਦਾ ਚਾਹ ਪੀ ਲਈਏ ਦੋ ਕੌਲੇ ਫਿਰ ਤੀਜੇ ਦੀ ਸਵਾਦ ਨਹੀਂ ਲੱਗਦੇ ਹੈਂ ਚੱਲ ਕੋਈ ਨਹੀਂ ਇਹ ਨਾ ਪੱਤੀ ਜਾ ਰਹੀ ਹੈ ਨਾ ਤੇ ਮਿੱਠਾ ਵੀ ਜਾ ਇਹ ਕਹਿੰਦੀ ਹੈ ਵੀ ਲਾਲ ਲਾਲ ਹੋਵੇ ਮਿੱਠਾ ਨਹੀਂ ਜ਼ਿਆਦਾ ਕਹਿੰਦੀ ਲਾਲ ਜੀ ਹੋਵੇ ਕਾਲੀ ਜੀ ਇੰਨੀ ਸੋਹਣੀ ਕਾਕੇ ਨੂੰ ਨੀਂਦ ਆਈ ਸੀ ਨਾ ਨੀਂਦ ਹੀ ਖਰਾਬ ਕਰਤੀ ਕਾਕੇ ਦੀ ਹੋਰ ਕੀ ਹੈਗਾ ਆ ਵਿਹਲੇ ਜੀ ਮੈਨੂੰ ਇਹੋ ਜਿਹਾ ਤੇ ਬਹੁਤ ਗੁੱਸਾ ਚੜਦਾ ਗਾ ਜਿਹੜੇ ਦੁਪਹਿਰੇ ਉੱਠ ਕੇ ਕਿਸੇ ਕੱਤੇ ਨੂੰ ਲੱਗਦੇ ਆ ਨਜ਼ਾਰੇ ਨਾਲ ਮਾੜਾ ਸਪਾਈਸੀ ਰੱਖਿਓ ਫਿਰ ਲਓ ਯਾਰ ਚੱਲ ਕੇ ਅੱਗੇ ਡੈਡੀ ਦਾ ਫੋਨ ਆਇਆ ਸੀ ਕਹਿੰਦਾ ਮੰਡੀ ਜਾ ਕੇ ਆ ਤੇ ਮੈਨੂੰ ਉਠਾ ਤਾ ਮੈਂ ਤਾਂ ਸੌਂ ਗਿਆ ਨਜ਼ਾਰੇ ਨਾਲ ਐਡੀ ਸੋਹਣੀ ਨੀਂਦ ਆਈ ਸੀ ਨਾ ਗੱਲਾਂ ਹੀ ਬਣ ਗਈਆਂ ਸੀਗੀਆਂ ਜਿਹੜੀਆਂ ਚੱਲ ਸ਼ੇਰਨਗੇ ਅੱਛਾ ਵਾ ਪਹਿਲਾਂ ਕਹਿੰਦੇ ਹੁੰਦੇ ਸੀ ਕਰ ਛਤਰੀ ਦੀ ਛਾਂ ਪਿਛਾਵੇਂ ਬਹਿੰਦੀ ਆ ਹੁਣ ਹੁਣ ਦੂਜਾ ਡਾਈਲ ਉਹ ਚੱਲੂਗਾ ਕਰ ਮੰਜੇ ਦੀ ਛਾਂ ਮੈਂ ਰੋਟੀਆਂ ਲਾਉਣੀ ਆ ਉਹ ਵੀ ਪੀੜੀਆਂ ਇਹਨਾਂ ਨਾਲ ਤਾਂ ਗੱਲ ਹੀ ਨੀ ਬਣਦੀ ਮਾੜੇ ਵੱਡੇ ਰੱਖਿਆ ਕਰੋ ਨਾ ਪੇੜੇ ਹੋਰ ਪਹਿਲਾਂ ਮੈਨੂੰ ਉੱਥੇ ਸਹੁਰੀ ਸੰਗ ਜੀ ਆਈ ਹੋਰ ਉਹਨਾਂ ਨੇ ਜਮਾਂ ਨਿੱਕੀਆਂ ਨਿੱਕੀਆਂ ਜਿਹੀਆਂ ਬਣਾਈਆਂ ਰੋਟੀਆਂ ਮੈਂ ਕਿਹਾ ਇਹਦੀਆਂ ਨਾਲ ਤਾਂ ਸਾਨੂੰ ਗਾਲਾਂ ਦੇ ਕੇ ਠਾਉਣਾ ਪੈਂਦਾ ਮਾੜੀ ਜੀ ਵੱਡੀ ਹੋਵੇ ਨਾ ਵਧੀਆ ਰਹਿੰਦੀ ਹੈਗੀ ਨਾਲੇ ਗੇੜੇ ਘੱਟ ਲੱਗਦੇ ਅਗਲੇ ਦੇ ਵੀ ਉਹ ਫਿਰ ਚੱਲ ਅਗਲਾ ਤਾਂ ਕਹਿੰਦਾ ਵੀ ਚੱਲ ਰਿਸ਼ਤੇਦਾਰ ਆਇਆ ਛੋਟੀਆਂ ਛੋਟੀਆਂ ਜਿਹੀਆਂ ਉਹ ਫਿਰ ਉਹੀ ਤਾਂ ਗੱਲ ਆ ਸੰਗ ਜੀ ਆਉਣ ਲੱਗ ਜਾਂਦੀ ਆ ਫਿਰ ਅਗਲਾ ਸੰਗ ਜੀ ਤਾਂ ਮਾਰਾ ਹੀ ਉੱਠ ਕੱਢਦਾ ਗਾ ਖਾਣੋ ਵੀ ਯਾਰ ਛੱਡ ਪਰਾਂ ਕਿੱਧਰ ਸੱਤ ਅੱਠ ਗੇੜੇ ਲਵਾਤੇ ਬਾਕੀ ਚਲੋ ਕੋਈ ਗੱਲ ਨੀ ਅੱਜ ਪ੍ਰੋਗਰਾਮ ਬਣ ਰਿਹਾ ਕਹਿੰਦੇ ਜਾਣ ਦਾ ਵੈਸੇ ਤਾਂ ਅੱਜ ਮੂਲੀਆਂ ਨੂੰ ਵਾਢਾ ਲਾਉਣਾ ਸੀਗਾ ਕਹਿੰਦੇ ਮੂਲੀਆਂ ਨੂੰ ਵਾਢਾ ਰਹਿਣ ਦਿਓ ਅੱਜ ਜਾਣਾ ਗਾ ਨਾਲੇ ਤਾਂ ਗਿੱਲ ਪੱਤੀ ਵਾਲੀ ਭੂਆ ਨੂੰ ਮਠਿਆਈ ਦੇ ਆਵਾਂਗੇ ਉੱਥੋਂ ਆਈ ਸੀਗੀ ਹੈ ਨਾ ਸਹੁਰਿਆਂ ਤੋਂ ਆਪਣੇ ਤੋਂ ਅਤੇ ਨਾਲੇ ਕੂਕੀ ਭੂਆ ਨੂੰ ਦੇ ਆਵਾਂ ਅਤੇ ਨਾਲੇ ਸੀਰਾਂ ਭੂਆ ਕੇ ਪਿੰਡ ਪਹਿਲਾਂ ਗੁੱਡੀ ਭੂਆ ਕੋਲ ਜਾ ਵੜਾਂ ਵੱਡੀ ਕੋਲ ਫਿਰ ਕੂਕੀ ਭੂਆ ਕੋਲ ਉਹ ਤੋਂ ਬਾਅਦ ਜਾ ਕੇ ਫਲੜੀ ਰਾਤ ਲਾ ਕੇ ਤੜਕੇ ਭੱਜਾਵਾਂਗੇ ਹੁਣ ਦੇਖਦੇ ਹਾਂ ਕੀ ਬਣਦਾ ਕਰਦਾ ਪ੍ਰੋਗਰਾਮ ਸੋ ਕਰਦੇ ਹਾਂ ਮਾਹੌਲ ਸਾਹੌਲ ਸੈੱਟ ਪਹਿਲਾਂ ਡੈਡੀ ਨੂੰ ਪੁੱਛ ਦਿਆਂਗੇ ਮੈਨੂੰ ਵੀ ਲਿਆਓ ਭਾਂਡੇ ਭੂੰਡੇ ਖਾ ਗਏ ਯਾਰ ਪੁੱਛ ਲਾ ਫਿਰ ਫੋਨ ਲਾ ਕੇ ਪਹਿਲਾਂ ਉਹਨੂੰ ਪਰ ਪੱਠੇ ਤਾਂ ਵੱਢ ਲਗੇ ਪੱਠੇ ਵੱਢਦੇ ਵੱਢਦੇ ਨੂੰ ਮੈਨੂੰ ਨਾ ਇੱਕ ਚੀਜ਼ ਦੇ ਸੀ ਲੈ ਆਹ ਫਿਰਦਾ ਹੈਗਾ ਭੈਣ ਆ ਬਰਾਊਨ ਰੰਗ ਦਾ ਖੜ ਜਾ ਖੜ ਤੈਨੂੰ ਮੈਂ ਕਰਾਉਣਾ ਤੈਨੂੰ ਸੈਰ ਮੈਂ ਵੀ ਕਹਾਂ ਯਾਰ ਪੈੜਾਂ ਆਈਆਂ ਕਿੱਥੋਂ ਆ ਪਸ਼ੂਆਂ ਦੀਆਂ ਪੈੜਾਂ ਆਈਆਂ ਕੁੱਤੇ ਦੀਆਂ ਤਾਂ ਇਹੋ ਜਿਹੀਆਂ ਲੱਗਦੀਆਂ ਨਹੀਂ ਮੈਨੂੰ ਕੀ ਪਤਾ ਜੀ ਉਹ ਫਿਰਦਾ ਹੈਗਾ ਪਤੰਦਰ ਇੱਥੋਂ ਖੋਲ ਆਂਟੀ ਤਾਰ ਚੱਲ ਪੁੱਤ ਬਰਾਊਨੀ ਚੱਲ ਬਾਹਰ ਇਹਦਾ ਹੀ ਤੇਰੇ ਲੱਛਣ ਲੋਟ ਆਉਣੇ ਜਿਹੜੇ ਤੂੰ ਕਿਤੇ ਕਰਦਾ ਗਾ ਹੈਂ ਹੈ ਤਾਂ ਨਿਗਾ ਜੀ ਉਹਨੂੰ ਤਾਂ ਭਾਵੇਂ ਗੋਦੀ ਚੱਕ ਕੇ ਬਾਹਰ ਛੱਡਿਆ ਅੱਗੇ ਵੱਡੇ ਤੰਗ ਕਰਦੇ ਹੈਗੇ ਇੱਧਰ ਨੂੰ ਨਹੀਂ ਆਉਣਾ ਪਰਾਂ ਨੂੰ ਜਾਣਾ ਪਰਾਂ ਨੂੰ ਪੁੱਤ ਲੈ 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 ਡਬਲ ਹੀ ਬੜਾ ਅਮਰੀਕੀ ਰਿਸ਼ਤੇਦਾਰੀ ਦੇ ਵਿੱਚ ਜਾਣ ਦੇ ਲਈ ਤਿਆਰ ਹੋ ਚੁੱਕੇ ਹਾਂ ਰਿਸ਼ਤੇਦਾਰੀ ਕੀ ਆਪਣਾ ਦੂਜਾ ਘਰ ਹੀ ਲਾ ਲਓ ਬਸ ਤੇ ਆਪਾਂ ਤਾਂ ਤਿਆਰ ਸ਼ਿਆਰ ਹੋ ਚੁੱਕੇ ਹਾਂ
ਇੱਧਰ ਦੇਖ ਲੋ ਪੀਤੇ ਵਰਗੀਆਂ, ਇਹਨਾਂ ਨੂੰ ਆਪਦੇ ਉਹਦੇ ਅੱਖ ਨੂੰ ਲਾਹਾ ਤੱਕਣ ਦਾ ਹੋ ਜਾਂਦਾ ਵੀ ਅਸੀਂ ਦੋ ਚਾਰ ਰਾਤ ਦੀਆਂ ਰੀਲਾਂ ਬਣਾ ਲਈਏ, ਸਮਾ ਲੈਣਗੀਆਂ 300-300 ਪਾ ਕੇ ਸੂਟ ਜਾ, ਹੈਂ 300-300 ਲਿਆਉਣਗੀਆਂ ਲੀੜਾ ਤੇ 150-150 ਸਮਾਈ, ਇੱਧਰ ਉਹਨੇ ਦੇ ਮਿੱਤਰਾਂ ਦੀਆਂ ਐਨ ਕਈਆਂ ਕੱਲੀਆਂ ਜਿੰਨੇ ਜਿੰਨੇ ਸੂਟ ਜਿਹੜੇ ਤੇਰਾ ਵਲੌਗ ਦੇਖਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ 150 ਰੁਪਏ ਸਮਾਈ ਕੌਣ ਲੈਂਦਾ, ਇਹ ਭਾਲ ਲੈਂਦੀਆਂ ਕਿ ਬਈ ਗੱਲ ਗੂੰਜਾਂ 150-200 ਰੁਪਏ ਵਾਲੀਆਂ ਸਮਾਈ ਵਾਲੀਆਂ ਬੀਬੀਆਂ, ਇਹ ਉਹਨਾਂ ਤੋਂ ਸਮਾ ਲਿਆਉਂਦੀਆਂ ਮੁੜ ਕੇ ਪਵਾ ਕੇ ਬਲ ਜੇ ਬਾਹਾਂ ਤੇ ਐਂ ਫੁੱਲਾਂਗੇ ਜੇ ਬਾਲੇ ਵੱਡੇ ਵੱਡੇ ਡੋਲੇ ਹੁੰਦੇ ਹੈਗੇ ਤੇ ਫਿਰ ਰੀਲਾਂ ਬਣਾਉਣ ਲੱਗ ਜਾਣਗੀਆਂ। ਚਲੋ ਚੱਲ ਗਏ ਯਾਰ ਤੁਸੀਂ ਇਹਨਾਂ ਨੂੰ ਛੱਡੋ, ਹਜੇ ਤੁਹਾਡਾ ਨਿਬੜਿਆ ਨੀ ਸਮਾਨ, ਅੱਧੇ ਪਿੰਡ ਦਾ ਸਮਾਨ ਆਏ 500-500 ਦੇ ਨੋਟ, ਕਿਆ ਬਾਤ ਆ, ਸਮਾਨ ਹੀ ਬੜਾ ਵੱਡਾ ਪ੍ਰੋਗਰਾਮ ਕਰ ਛੱਡਿਆ ਗਾ, ਤੇ ਤੂੰ ਕਿੱਧਰਲੇ ਪਾਸੇ ਬੈਠਣਾ ਤੇ ਮੇਰੀਆਂ ਚੱਪਲਾਂ ਉੱਧਰ ਰੱਖਣੀਆਂ ਸੀਗੀਆਂ ਨਾ, ਇੱਧਰ ਦੀ ਚੱਕ ਕੇ ਲਿਆਉਣੇ ਆ, ਲਓ ਵੀ ਸਮਾਨ ਆਪਣਾ ਜਿਹੜਾ ਫੁੱਲ ਹੋ ਗਿਆ ਲੋਡਡ, ਇੱਧਰ ਇਹਨਾਂ ਦੋਨਾਂ ਨੇ ਪਾਲੇ ਇੱਕੋ ਹੀ ਸੂਟ, ਤੇ ਤੂੰ ਚੱਪਲਾਂ ਹੀ ਪਾਈ ਫਿਰਦੀਆਂ, ਕੌਣ ਮੈਂ, ਚੱਪਲਾਂ ਹੀ ਪਾਲਾ ਤੂੰ ਗਾ ਜਾਣਾ ਸਹੁਰੀ ਜਾਣਾ ਕਿਤੇ ਜਾਣਾ ਚੱਕ, ਮੰਮੀ ਮੈਨੂੰ ਆ ਲਓ ਵੀ ਲਓ ਵੀ ਦਵਿੰਦਰ ਅੱਜ ਰਹੂਗੀ ਘਰੇ ਘਰੇ ਰਹਿਣਾ ਦਵਿੰਦਰ ਨੇ ਘਰੇ, ਕਿ ਨਹੀਂ ਦਵਿੰਦਰ ਤੁਰਕੇ ਤੂੰ ਕਰਨਾ ਵੀ ਕੀ ਆ, ਚੱਲ ਚੰਗਾ ਫਿਰ ਓਕੇ ਬਾਏ, ਦਵਿੰਦਰ ਬਹੁਤ ਸੈਰਾਂ ਕਰਿਆ ਹੁਣ 15 ਦਿਨ ਹੁਣ ਦਵਿੰਦਰ ਨੂੰ ਅੱਜ ਘਰੇ ਛੱਡਿਆ, ਹੁਣ ਤੂੰ ਰੈਸਟ ਕਰ, ਹੋਰ ਉਹੀ ਕਹਿਣਾ ਦਵਿੰਦਰ ਹੁਣ ਸੈਰ ਕਰਿਆ ਜੀ 15-20 ਦਿਨ, ਹੋਰ ਅੱਜ ਤੁਸੀਂ ਸਾਰੀਆਂ ਜਿਹੜੀਆਂ 15-20 ਦਿਨਾਂ ਦੀ ਜਿਹੜੀ ਗੱਲਾਂ ਬਾਤਾਂ ਆਉਣਗੀਆਂ ਉਹ ਤੁਸੀਂ ਕਰ ਲਿਓ, ਤੁਸੀਂ ਰਾਤ ਨੂੰ ਅੱਜ ਰਾਤ ਦੋਨੇ ਇਕੱਠੀਆਂ ਇੱਕ ਮੰਜੇ ਤੇ ਪਈਆਂ ਸੀਗੀਆਂ, ਲੱਗੀਆਂ ਪਈਆਂ ਹੌਲੀ ਹੌਲੀ ਕੁਚਰ ਮੁਚਰ ਕਰਨ, ਚਲੋ ਵੀ ਚਲੋ ਹੁਣ ਆਪਾਂ ਚੱਲਦੇ ਹਾਂ, ਟਾਈਮ ਹੋ ਚੁੱਕਿਆ ਹੈਗਾ 2:15, ਚਲੋ ਚੱਲ ਗਏ, ਚੱਲ ਇਹਦਾ ਤੇਲ ਪਵਾ ਲਾਂਗੇ 500-600-700-800 ਇਹਦੇ ਇਹ ਕੋਈ ਨੀ ਬਰਾ, ਇਹਨਾਂ ਨੂੰ ਗੂਗਲ ਪੇ ਸੈਂਡ ਕਰ ਦੂੰਗਾ, ਤੂੰ ਗੂਗਲ ਚ ਰੱਖਿਆ ਕਰ ਤੂੰ ਨਾ ਬਾਹਰ ਕਰ, ਜਾਂ ਇਹਨਾਂ ਤੋਂ ਗੂਗਲ ਪੇ ਕਰਾ ਦੂੰਗਾ ਮੈਂ, ਇਹਨਾਂ ਨੂੰ ਕੈਸ਼ ਦੇ ਦੂੰਗਾ, ਇਹ ਗੱਲ ਸਹੀ ਆ, ਕੈਸ਼ ਦੇ ਦੂੰ ਤੁਹਾਨੂੰ, ਠੀਕ ਆ ਨਾ, ਚਲੋ ਵੀ ਚੱਲ ਗਏ, ਚਲੋ ਬੈਠੋ, ਇੱਕ ਤਾਂ ਇਹਨਾਂ ਦਾ ਨੀ ਲੋਟ ਆਉਂਦਾ ਪ੍ਰੋਗਰਾਮ, ਆਈ ਰੱਬਾ ਆਪਾਂ ਨੂੰ ਬੈਠਣਾ ਪਊਗਾ ਮੂਹਰੇ, ਪਹਿਲਾਂ ਆਪਾਂ ਜਾਵਾਂਗੇ ਸਾਰਿਆਂ ਨੂੰ ਗੁੱਡੇ ਭੂਆ ਕੋਲੇ, ਚੱਲ ਮੰਮੀ ਪਹਿਲਾਂ ਬਾਹਰ ਚ, ਪਹਿਲਾਂ ਬਾਹਰ ਚ ਤਾਂ ਖੜੀ ਹੋ, ਤੂੰ ਕੀ ਕਰਨੇ ਪੈਸੇ, ਚੱਲ ਮੰਮੀ ਲੋ ਵੀ ਕਰਕੇ ਟਾਟਾ ਬੁਲਾ ਕੇ ਆਖਰੀ ਵਾਰ, ਸਤਿ ਸ੍ਰੀ ਅਕਾਲ ਜੀ, ਦੇਖਿਆ ਸਮੇਲਾਂ ਮਾਰਦੀਆਂ ਵੀ ਹੁਣ ਵਧੀਆ ਗਾ, ਟੈਂਸ਼ਨ ਫ੍ਰੀ ਆ ਜੀ, ਮਾਰਾਂਗਾ ਅੱਜ ਗੱਲਾਂ ਤੇ ਚੁਗਲੀਆਂ, ਆ ਵਿਚਾਰਾ ਫੇਰ ਆ ਗਿਆ ਅਮਰੀਕੀ, ਇਹਨਾਂ ਮਹੀਨੇ ਕਦਾ ਹੋਊਗਾ ਮਸਾਂ ਇਹ ਦੁੱਧ ਪੀ ਕੇ ਵਿਚਾਰੇ ਤੇ ਛੱਡ ਦਿੰਦੇ, ਹੁਣ ਕੋਈ 4 ਮਹੀਨੇ ਬੰਦਾ ਰੱਖ ਤਾ ਲਓ, ਜਿਸ ਨੂੰ ਇਹ ਤੁਰਨ ਫਿਰਨ ਜੋਗਾ ਪੋ ਜੇ ਉਦੋਂ ਚੱਲ ਮੰਨ ਲਿਆ ਆਪਾਂ ਛੱਡ ਦਿਓ, ਹਜੇ ਮਹੀਨੇ ਦਾ ਬੱਚਰੂ ਆ ਵਿਚਾਰਾ ਉਹਨੂੰ ਛੱਡਿਆ ਪਿਆ ਗਾ, ਲੋ ਵੀ ਜਾਣਾ ਜੀ ਕਿੱਧਰ ਦੀ ਤੇ ਪਹੁੰਚ ਗਏ ਕਿੱਧਰ, ਤੁਸੀਂ ਵੀ ਸੋਚ ਰਹੇ ਹੋਗੇ ਤਾਂ ਰੂਟ ਹੀ ਬਦਲਦੇ ਇਹਨਾਂ ਨੇ, ਜਾਣਾ ਪਹਿਲਾਂ ਵੱਡੀ ਭੂਆ ਕੋਲੇ ਸੀਗਾ ਪਰ ਫਿਰ ਉਹ ਆਪਣਾ ਕੈਂਸਲ ਕਰਤਾ, ਕਿਉਂਕਿ ਉਹਦੇ 2-3 ਰੀਜਨ ਸੀਗੇ, ਇੱਕ ਤਾਂ ਉੱਧਰ ਦੀ ਦੂਰ ਪੈਣਾ ਸੀਗਾ ਭੂਆ ਕਾ ਪਿੰਡ ਵੱਡੀ ਕਾ, ਠੀਕ ਆ, ਇੱਕ ਰੀਜਨ ਹੋ ਗਿਆ, ਦੂਜਾ ਸੀਗਾ ਢੋਲ ਢੋਲ, ਉਤੋਂ ਦੀ ਫੇਰ ਸਾਨੂੰ ਮੱਥਾ ਪਕਾਈ ਮਾਰਨੀ ਪੈਣੀ ਸੀਗੀ, ਤੀਜਾ ਰੀਜਨ ਮੇਨ ਇਹ ਸੀਗਾ ਵੀ ਇੱਕ ਆਪਾਂ ਲੈ ਕੇ ਜਾਣੀ ਉੱਥੋਂ ਗਿੱਲ ਪੱਤੀ ਵਾਲੇ ਭੂਆ ਕੇ ਪਿੰਡੋਂ ਪਾਂਡੋ ਚੱਕ ਕੇ, ਠੀਕ ਆ, ਤੇ ਉਹ ਫਿਰ ਅਸੀਂ ਐਂ ਸੋਚਿਆ ਵੀ ਪਹਿਲਾਂ ਆਪਾਂ ਇੱਧਰ ਦੀ ਜਾਂਦੇ ਹਾਂ, ਨਾਲੇ ਤਾਂ ਇੱਧਰ ਦੀ ਕੂਕੀ ਭੂਆ ਕਾ ਪਿੰਡ ਆਪਾਂ ਨੂੰ ਨੇੜੇ ਪੈਂਦਾ, ਨਾਲੇ ਟੋਲ ਨਹੀਂ ਆਉਂਦਾ, ਪਹਿਲਾਂ ਕੂਕੀ ਭੂਆ ਕੋਲੇ ਜਾਵਾਂਗੇ, ਉਹ ਤੋਂ ਬਾਅਦ ਜਾਵਾਂਗੇ ਆਪਾਂ ਸੀਰਾਂ ਭੂਆ ਕੋਲੇ, ਇੱਕ
ਕੱਲ ਨੂੰ ਮੁੜਦੇ ਹੋਏ ਬਠਿੰਡੇ ਵਿੱਚ ਹੀ ਤਾਂ ਆਉਣਾ ਹੀ ਆ, ਟੋਲ ਤੋਂ ਪਾਸੇ ਦੀ ਆਉਣਾ ਉਹ ਤਾਂ, ਤੇ ਫਿਰ ਆਪਾਂ ਆਉਂਦੇ ਹੋਏ ਗਿੱਲ ਪੱਤੀ ਨਾਲੇ ਤਾਂ ਪਾਂਡੋ ਮਿੱਟੀ ਚੱਕ ਕੇ ਲੈ ਜਾਵਾਂਗੇ ਘਰੇ ਪੋਚਾ ਪਾਚਾ ਲਾਉਣ ਨੂੰ ਹਨਾ ਚੁੱਲ੍ਹਿਆਂ ਤੇ, ਸੋ ਉਹਦੇ ਕਰਕੇ ਨਾਲੇ ਉਹ ਲੈ ਜਾਵਾਂਗੇ ਚੱਕ ਕੇ ਨਾਲੇ ਭੂਆ ਕਹਿਣ ਨੂੰ ਮਠਿਆਈ ਫੜਾ ਜਾਵਾਂਗੇ। ਸੋ ਇਹ ਜਿਹੜਾ ਸਾਡੇ ਪਲਾਨ ਦੇ ਵਿੱਚ ਚੇਂਜ ਆ ਜਿਹੜਾ ਸਡਨਲੀ ਹੋਇਆ ਗਾ, ਤੁਹਾਡਾ ਭਰਾ ਪਤਾ ਹੀ ਆ ਕੁਇਕ ਹੀ ਕੰਮ ਕਰਦਾ ਹੈਗਾ ਜਿਹੜਾ ਵੀ ਕੰਮ ਕਰਦਾ। ਆਪਾਂ ਬਣਾ ਲੈ, ਤੁਸੀਂ ਦੇਖੀ ਚੱਲਿਓ ਬਾਨ ਦਾ ਕੀ ਕੁਛ ਹੌਲੀ ਹੌਲੀ ਸਾਰਾ ਕੁਛ ਬਣਾ ਲੈ। ਸਰੋਂ ਕਿੰਨੀ ਸੋਹਣੀ ਲੱਗਦੀ ਹੈ ਹਨਾ, ਆਪਣੇ ਲਈ ਤਾਂ ਘੱਟ ਆ, ਇੱਧਰ ਨੂੰ ਜ਼ਿਆਦੇ ਆ। ਪੀਤੇ ਸਰੋਂ ਇਹ ਤੂੰ ਕਹਿੰਦੀ ਮੈਂ ਰੀਲ ਬਣਾਉਣੀ ਆ, ਆ ਮਿੱਟੀ ਚ ਲਿਟ ਕੇ ਬਣਾ ਬਾਲੀ ਚੱਲੂ ਨਾਲੇ। ਲੋ ਵੀ ਆ ਗਿਆ ਭੂਆ ਕੇ ਆਪਦੀ ਜਿਹੜੀ ਆਪਾਂ ਮਠਿਆਈ ਛਠਿਆਈ ਦੇਣੀ ਹੈਗੀ ਫੜਾ ਕੇ। ਇੱਕ ਤਾਂ ਹੁਣ ਸਰ ਰੂਬੀ ਮੱਥੇ ਲੱਗ ਜਾਂਦੀ ਆ, ਹੁਣ ਤਾਂ ਰੂਬੀ ਵੀ ਕੈਨੇਡਾ ਆ ਕਹਿੰਦੀ ਉਹ ਕਿੱਥੋਂ 7.5 ਪੈਂਡ ਆ ਗਏ। ਇਹੀ ਗੱਲ ਆ, ਚਲੋ ਵੀ ਵਾਹਿਗੁਰੂ ਤੇਰਾ ਹੀ ਆਸਰਾ, ਘਰੇ ਨਾ ਲੈ ਚੱਲਾਂ ਸਿੱਧਾ ਹੀ, ਨਹੀਂ ਫਿਰ ਆਹੀ ਲੈ ਚੱਲਦੇ ਹਾਂ। ਕਹਿੰਦਾ ਕੌਣ ਹੋਗਾ ਉਹ, ਉਹ ਭੱਜ ਲਗਾ ਭੱਜ ਲਗਾ ਉਹ ਭੱਜ ਲਗਾ ਭੱਜ ਲਗਾ ਵੀ ਵੀਡੀਓ ਬਣਾਉਣ ਗਏ ਉਹ ਸੀਰੋ ਮਾਸੀ ਵੇਖ ਜਾਂਦੀ, ਅਸੀਂ ਤਾਂ ਹੀ ਛਾਪਾ ਮਾਰ ਦਿੰਦੇ ਹੁੰਦੇ ਹਾਂ। ਦਾਣੇ ਪਾਣੀ ਦੀ ਖੇਡ ਹੁੰਦੀ ਆ। ਆਹ ਦੇਖੋ ਬਈ ਭੂਆ ਕੇ ਗਾਂ ਫੁੱਫੜੀ ਹੁਣਾਂ ਦੇ ਨਾਨਕੇ ਗਏ ਸੀਗੇ ਖੰਡ ਪਾਠ ਦੇ ਭੋਗ ਤੇ, ਉਹਨਾਂ ਨੇ ਕੱਢੇ ਪਕੌੜੇ, ਇਹ ਉੱਥੋਂ ਲੈ ਕੇ ਆਏ, ਗਾਂ ਅਸੀਂ ਆ ਕੇ ਸਾਡੇ ਮੂੰਹ ਚ ਪੈ ਗਏ। ਤਾਂ ਕਰਕੇ ਕਿਸਮਤ ਚ ਹੁੰਦਾ, ਜਿੱਥੇ ਵੀ ਲਿਖਿਆ ਪਿਆ, ਜੇ ਮੇਰੀ ਕਿਸਮਤ ਚ ਲਿਖਿਆ ਵੀ ਮੈਂ ਅਮਰੀਕਾ ਜਾਣਾ ਹੀ ਜਾਣਾ, ਜੇ ਮੈਂ ਅਮਰੀਕਾ ਜਾਣਾ ਹੀ ਜਾਣਾ ਮੈਂ ਜਾਊਂਗਾ, ਜੇ ਮਰਜ਼ੀ ਜਾਵਾਂ ਡੌਂਕੀ ਲਾ ਕੇ ਜਾਵਾਂ ਪੜ੍ਹ ਕੇ ਜਾਵਾਂ ਆਈਲੈਟਸ ਕਰਕੇ ਜਾਵਾਂ ਕੁਛ ਮਰਜ਼ੀ ਕਰਕੇ ਜਾਵਾਂ, ਜਿਹੜਾ ਵੀ ਪਕੌੜੇ ਖਾ ਕੇ ਨਿਕਲਦੇ ਅਗਲੀ ਡੈਸਟੀਨੇਸ਼ਨ 'ਤੇ। ਵੇਖੋ ਹੁਣ ਪਹਿਲੀ ਡੈਸਟੀਨੇਸ਼ਨ 'ਤੇ ਆਪਾਂ ਨੂੰ ਪਕੌੜੇ ਮਿਲ ਗਏ, ਦੂਜੀ ਡੈਸਟੀਨੇਸ਼ਨ 'ਤੇ ਸਾਨੂੰ ਚਿਕਨ ਮਿਲ ਜੂ, ਹੋਰ ਕੀ ਭਾਲ ਦੇ ਜ਼ਿੰਦਗੀ 'ਚ ਬਸ, ਇੰਨੇ ਕੁ ਨਜ਼ਾਰੇ ਆਈ ਜਾਣ ਜਾਈ ਜਾਣ। ਲਿਆਓ ਜਲੇਬੀਆਂ ਵੀ ਲਿਆਓ, ਮੂੰਹ ਮਿੱਠਾ ਕਰਾਓ ਕਿ ਨਹੀਂ ਬਈ। ਬੜਾ ਵੱਡਾ ਪਾਵਰ ਪਲਾਂਟ ਲਾਇਆ ਹੋਇਆ ਬਈ, ਹੈਂ ਇਹ ਕਾਹਦਾ ਹੋਇਆ ਏਡਾ ਵੱਡਾ, ਬਹੁਤ ਜ਼ਿਆਦਾ ਥਾਂ 'ਚ ਲੱਗਿਆ ਹੋਇਆ, ਕੀ ਪਤਾ ਕੀ ਚੱਕਰ ਆ ਇੱਥੇ। ਤੇ ਲੋ ਵੀ ਆਪਾਂ ਭੂਆ ਕੇ ਪਿੰਡੋਂ ਮੱਥਾ ਟੇਕ ਕੇ ਹੁਣ ਨਿਕਲੇ ਆਏ ਆਗੇ, ਤੇ ਭੂਆ ਕੇ ਆਪਣੇ ਹੋਰ ਰਿਸ਼ਤੇਦਾਰ ਆ ਗਏ ਸੀਗੇ। ਮੱਥਾ ਕਿਤੇ ਟੇਕੇ ਆ, ਬਸ ਐ ਸਤਿ ਸ੍ਰੀ ਅਕਾਲ ਬੁਲਾ ਕੇ ਮੱਥਾ ਹੀ ਹੁੰਦਾ ਹੈਗਾ। ਇਹ ਹੈਗਾ ਕੀ ਆ ਇਹ, ਪ੍ਰਯਤਨਾ ਡਿਵੈਲਪ ਪ੍ਰਾਈਵੇਟ ਲਿਮਟਿਡ, ਪਤਾ ਨਹੀਂ ਕੀ ਹਿਸਾਬ ਕਿਤਾਬ ਜਾ। ਲਓ ਜੀ ਆਪਾਂ ਸਰਦਾਰਗੜ੍ਹ ਵੇਚਦੀ ਹੁੰਦੇ ਹੋਏ, ਜੰਗੀ ਜਣੇ ਵੇਚਦੀ ਹੁੰਦੇ ਹੋਏ, ਘੁੱਦੇ ਵੇਚਦੀ ਹੁੰਦੇ ਹੋਏ ਫੇਰ ਫੱਲਣਾ ਨੂੰ ਪਹੁੰਚਾਂਗੇ। ਤੇ ਚਲੋ ਵੈਸੇ ਆਪਣੇ ਵਾਸਤੇ ਨਵਾਂ ਰਾਹ ਗਾ, ਆਪਾਂ ਨੂੰ ਪਤਾ ਵੀ ਨਹੀਂ ਰਾਹ ਦੀ ਕਿੱਧਰ ਕੁੱਧਰ ਦੀ ਜਾਣਾ ਹੈਗਾ, ਤੇ ਫਿਲਹਾਲ ਦੇ ਲਈ ਆਪਾਂ 40 ਕਿਲੋਮੀਟਰ। ਯਾਰ ਸਹੀ ਗੱਲ ਆ ਸਰ, ਬਹੁਤ ਨਜਾਇਜ਼ ਥਾਂ ਦੇ ਵਿੱਚ ਲਾਏ ਹੋਏ ਆ, ਤਾਂ ਇਹ ਠੇਕੇ ਤੇ ਲਿਆ ਹੋਇਆ ਹੋਊ ਇਹਨਾਂ ਤੋਂ, ਮੈਨੂੰ ਲੱਗਦਾ ਠੇਕੇ ਤੇ ਲੈ ਕੇ ਲਾਏ ਹੋਏ ਆ। ਉਹ ਸਹੀ ਗੱਲ ਆ, ਬਹੁਤ ਵੱਡੇ ਥਾਂ 'ਚ ਲਾਏ ਹੋਏ ਆ, ਜੰਗੀ ਪੱਧਰ 'ਚ ਬਿਜਲੀ ਪੂਰੀ ਕਰਨ ਵਾਲਿਆ ਸੋਲਰ ਸਿਸਟਮ ਹੈਗਾ। ਤੇ ਲਓ ਵੀ ਚੱਲਦੇ ਹਾਂ ਫਿਰ ਭੂਆ ਕੇ ਪਿੰਡ ਹੀ ਚੱਲ ਕੇ, ਹੁਣ ਮਿਲਦੇ ਹਾਂਗੇ ਪਿੰਡਾਂ ਦਾ ਕੀ ਦੇਖੋਗੇ ਤੁਸੀਂ, ਤੁਹਾਨੂੰ ਦੱਸਤਾ ਆਨੰਦਗੜ੍ਹ ਆਊਗਾ, ਜੰਗੀਆਂ ਆਊਗਾ, ਹੋਰ ਲਟਨ ਪਟਨ ਸੰਗਤ ਆਉਣਗੇ ਪੱਕਾ ਆਊਗਾ, ਫਿਰ ਫੱਲੜ ਆਊਗਾ। ਚਲੋ ਵੀ ਨਿਕਾ ਟਰੈਕਟਰੀ ਜੀ ਆ, ਟਰੈਕਟਰ ਕਿਹੜਾ ਟਰੈਕਟਰੀ ਆ। ਮੈਂ ਨਾ ਪੀਤੇ ਨੂੰ ਗਿਆ, ਮੈਂ ਕਹਿੰਦਾ ਅਸੀਂ ਤਾਂ ਮੈਂ ਨਾ ਪੀਤੇ ਨੂੰ ਕਿਹਾ, ਮੈਂ ਕਿਹਾ ਬਈ ਮੈਂ ਤਾਂ ਨਾ 2 ਵੈਬ ਸੀਰੀਜ਼ ਦਾ ਡਾਊਨਲੋਡ ਕਰ ਲਿਆ ਨੈਟਫਲਿਕਸ ਤੇ ਦੇਖ ਲਾਂਗੇ, ਕਿ ਤੂੰ ਦੇਖੀ ਜਾਈ, ਸਾਨੂੰ ਤਾਂ ਲੋੜ ਹੀ ਨੀ ਪੈਣੀ ਕਿ ਦੇਖਣ ਦੀ, ਅਸੀਂ ਤਾਂ ਗੱਲਾਂ ਮਾਰਾਂਗੇ। ਮੈਂ ਕਿਹਾ ਆਹੋ
ਮੈਨੂੰ ਐ ਜਿਵੇਂ ਹਜੇ ਵਿਹਲਾ ਟਾਈਮ ਹੋਊਗਾ ਤਾਂ ਚਲੋ ਦੇਖੀਆਂ ਜਾਣਗੀਆਂ, ਚਲੋ ਵਿਹਲੇ ਵੀ ਕੀ ਕਰਾਂਗੇ। ਕਹਿੰਦੀ ਅਸੀਂ ਨੀ ਦੇਖਦੇ ਦੂਦੀਆਂ। ਮੈਂ ਕਿਹਾ ਤੁਸੀਂ ਕਿੱਥੋਂ ਦੇਖਣਾ, ਤੁਹਾਡਾ ਟਾਈਮ ਨੀ ਲੱਗਣਾ, ਚੁਗਲੀਆਂ ਤੋਂ ਨੀ ਤੁਹਾਨੂੰ ਵਿਹਲ ਮਿਲਣੀ। ਹੈਂ, ਬੁੜੀਆਂ ਕੋਲ ਘਾਟਾ ਹੁੰਦਾ ਕਿਤੇ, ਜਹਾਨ ਦੀਆਂ ਕਹਾਂ ਨਾਨੇ ਪੜਤਾਨੇ ਜਾਂ ਕਿਤੋਂ ਦੇ ਕਿਤੋਂ ਦੀਆਂ ਚੁਗਲੀਆਂ ਛੇੜ ਕੇ ਬਹਿ ਜਾਣਗੀਆਂ। ਫਲਾਨੀ ਭੈਣ ਨੀ ਆਏ ਨੀ, ਉਹਨੇ ਆਹ ਸੂਟ ਪਾਇਆ ਸੀ, ਉਹਨੇ ਲਾਲ ਰੰਗ ਪਾ ਲਿਆ, ਬੂਹ ਇੰਨੀ ਘੜੀ ਲੱਗਦੀ ਸੀ। ਇਹੋ ਜਿਹੀਆਂ ਇਹਨਾਂ ਕੋਲ ਚੁਗਲੀਆਂ ਚੱਪੇ ਹੁੰਦੇ ਆ। ਹੋਰ ਕੀ ਹੈਗਾ, ਰਾਤ ਨੂੰ 11-11 ਹੁਣ ਅਸੀਂ ਉਦਣ ਗਏ ਸੀਗੇ। ਕਿਆ ਬਾਤ ਆ ਬੱਲੇ, ਪੂਰੇ ਫੰਗ ਖਲਿਆਰਦਾ ਇਹਦਾ। ਪੂਨਣ ਗਏ ਸੀ 11 ਵਜੇ ਤੇ 12 ਵਜੇ ਤੇ ਗੱਲਾਂ ਕਰੀ ਗਈਆਂ। ਅਸੀਂ ਤਾਂ ਉਲਝੀ ਗਏ ਸੀ ਯਾਰ, ਕੀ ਯਾਰ ਪੰਜਾਬ ਦੀ ਸਾਰੀ ਖਸਤਾ ਹਾਲਤ ਹੋਈ ਪਈ ਆ। ਮੈਂ ਹੌਲੀ ਦਿਨ ਪੜ੍ਹ ਕੇ ਫੇਰ ਪਤਾ ਲੱਗਿਆ ਇਹੀ ਆ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਰੋਡ ਜਿਹੜਾ ਆਪਾਂ ਜਾਣਾ ਹੈਗਾ। ਹੋਰ ਕੀ ਹੈਗਾ, ਹਲੋ ਵੀ ਹੁਣ ਤਾਂ ਗੱਡੀ ਜਾਊਗੀ 11:40 ਤੇ ਜਮਾ ਪਰਫੈਕਟ ਐਨ ਮੈਨੂੰ ਕਿਤੇ ਉਹੀ ਸਮਝਦੇ ਹੋ। ਟਰਾਲਾ ਚਲਾਉਂਦਾ ਰਹਿ ਬਾਈ ਮੈਂ ਦੁਬਈ ਚ, ਟਰਾਲਾ ਉਹ ਵੀ ਪਤਾ ਕਿੰਨਾ ਕਿੰਨਾ 50-50 ਮੀਟਰ ਟਰਾਲੇ ਚਲਾਇਆ ਦੁਬਈ ਚ ਤੁਹਾਡੇ ਵੀਰ ਨੇ। ਐਵੇਂ ਥੋੜੀ ਇਹਦਾ ਹਈ ਆਲਟੋ ਆ, ਦੱਸਣਾ ਹੀ ਹੈਗਾ ਬਈ, ਦੱਸਣਾ ਹੀ ਆ, ਦੱਸਣਾ ਹੀ ਆ। ਮੈਂ ਦੁਬਈ ਤੋਂ ਨੀ ਗਿਆ ਤਾਂ ਇੰਡੀਆ ਤੋਂ ਸੀਗਾ, ਮਤਲਬ ਟਰਾਲਾ ਚਲਾਉਂਦੇ ਰਹੇ ਦੁਬਈ, ਇਹ ਦੱਸਣਾ ਸੀ। ਵੈਲਕਮ ਇਨ ਟੂ ਫੱਲੜ ਸਿਟੀ, ਬਾਰ ਬੂਰ ਖੁੱਲੇ ਪਏ ਆ, ਛਿੜਕਾ ਵੀ ਕਰਿਆ ਪਿਆ, ਸਿੱਧੇ ਬਾਰ ਚ ਉੱਥੇ ਲਿਆ ਕੇ ਲਾ ਦੇ ਪਰਾਂਡੇ ਦੀ। ਹੋਰ ਸੁਣਾਓ ਬੱਚੋ, ਕੀ ਹਾਲ ਚਾਲ ਆ ਫਿਰ ਨੂਰ ਤੁਹਾਡੇ, ਪੜ੍ਹਨ ਪੁੜਨ ਤੁਸੀਂ ਨੀ ਜਾਂਦੇ ਟਿਊਸ਼ਨ ਤੇ? ਨਲਾਇਕ ਬੱਚੇ ਆ ਗਏ, ਹੁਸ਼ਿਆਰ ਤਾਂ ਘਰੇ ਰਹਿ ਗਏ, ਤੁਸੀਂ ਨਲਾਇਕ ਆ, ਤਾਂ ਹੀ ਤਾਂ ਤੁਸੀਂ ਬਾਹਰ ਪੜ੍ਹਨ ਜਾਂਦੇ ਆ ਫਿਰ, ਹੁਣ ਤਾਂ ਕਹਿ ਕੇ ਸਤਿ ਸ੍ਰੀ ਅਕਾਲ ਬੁਲਾਉਣੀ ਪੈਂਦੀ ਆ ਸਾਰਿਆਂ ਨੂੰ, ਨੀ ਅੱਡੋ ਅੱਡ ਬੁਲਾਉਂਦੇ ਹੁੰਦੇ ਆ, ਅੱਡੋ ਅੱਡ ਬੁਲਾਉਂਦੇ ਹੁੰਦੇ ਆ, ਸਤਿ ਸ੍ਰੀ ਅਕਾਲ ਐ ਥੋੜੀ ਬੁਲਾਉਂਦੇ ਹੁੰਦੇ ਆ, ਹੈਂ ਸਤਿ ਸ੍ਰੀ ਅਕਾਲ, ਹਾਂ ਆਏ ਮੈਨੂੰ ਐਂ ਦੱਸੋ ਤੁਸੀਂ ਨਲਾਇਕ ਹੋ? ਫਿਰ ਤੁਸੀਂ ਟਿਊਸ਼ਨ ਕਾਹਤੋਂ ਪੜ੍ਹਨ ਜਾਂਦੇ ਆ? ਕੱਲ ਤੋਂ ਨੀ ਜਾਣਾ, ਓਏ ਉਹਨੇ ਉਹ ਮਾਰਿਆ ਉਹ ਜਾਨ ਸਾਰੀ ਬੈਡ ਤੇ, ਕਿਵੇਂ ਨਾਲਾ ਤਾਂ ਉਹ ਕਰ ਲਾ, ਅੱਛਾ ਨਾਲਾ ਕਿ ਉਹ ਆ ਮੇਰਾ ਯਾਰ ਆ ਗਿਆ। ਹੋਰ ਸੁਣਾ ਫਿਰ ਕਿਵੇਂ ਆ? ਠੀਕ ਆ, ਪੜ੍ਹਿਆ ਕੌਣ? ਮੈਂ ਤਾਂ ਡੀਸੀ ਲੱਗ ਗਿਆ, ਹੁਣ ਤੂੰ ਲੱਗੇਗਾ ਹੈ ਓਏ, ਇੱਕ ਹੀ ਮਾਰਿਆ ਸੀ ਕਿ ਜ਼ਿਆਦੇ? ਇਹਨੂੰ ਕਹਿੰਦੇ ਦੱਸੀ ਦਾ ਨੀ ਹੁੰਦਾ, ਇਹਨੂੰ ਕਹਿੰਦੇ ਦੱਸੀ ਦਾ ਨੀ ਹੁੰਦਾ ਸਾਰਿਆਂ ਨੂੰ, ਕਹਿੰਦੇ ਇਹਨੂੰ ਕਹਿੰਦੇ ਦੱਸੀ ਦਾ ਨੀ ਹੁੰਦਾ ਸਾਰਿਆਂ ਨੂੰ, ਹਾਂ ਗਿਆਨੀ ਆ ਨਾ, ਗਿਆਨੀ ਐਂ ਕਹਿੰਦੇ ਟੱਪੀ ਜਾਂਦੀ ਆ ਆਹਦੇ ਲਪੇੜੇ ਲਪੂੜੇ ਪੈਂਦੇ ਰਹਿੰਦੇ ਆ, ਬਾਲਾਂ ਦੀ ਰੌਲਾ ਪਾਈਦਾ ਹੁੰਦਾ ਕਿ ਨਹੀਂ? ਮੇਰੇ ਤਾਂ ਬੜੇ ਪੈਂਦੇ ਹੁੰਦੇ ਸੀਗੇ ਜੋ ਮੈਂ ਪੜ੍ਹਦਾ ਹੁੰਦਾ ਸੀ, ਤਾਂ ਹੀ ਤਾਂ ਮੈਂ ਡੀਸੀ ਲੱਗ ਗਿਆ। ਚਲੋ ਓਏ ਸਾਰੇ ਜਿਹੜੇ ਬਾਹਰ ਕੱਢੋ ਪੂਏ ਨਾਲ ਡਾਂਗਾ ਲੈ ਕੇ ਸਾਰਿਆਂ ਨੂੰ ਬਾਹਰ, ਚਲੋ ਆਓ ਚੱਲ ਕੇ ਕਮਰੇ ਚ, ਉੱਥੇ ਚੱਲ ਕੇ ਮਾਰਦੇ ਆ ਗੱਲਾਂ ਯਾਰ, ਇੱਥੇ ਠੰਡ ਹੀ ਬੜੀ ਆ। ਹੋਰ ਆਪਣੇ ਪਿੰਡ ਠੰਡ ਘੱਟ ਹੈਗੀ, ਚਲੋ ਵੀ ਰੋਟੀ ਪਾਣੀ ਛਾਖ ਲਿਆ, ਹੁਣ ਬੈਠ ਕੇ ਮਾਰਦੇ ਆ ਗੱਲਾਂ ਬਾਤਾਂ, ਤੇ ਫਿਰ ਕਰ ਦਈਏ ਐਂਡ ਵਲੌਗ ਦਾ।
ਹੈ ਉਹ ਮੂੰਹ ਐਡਾ ਟੱਡਾ। ਚਲੋ ਜੀ ਫਿਰ ਅੱਜ ਦੇ ਵਲੌਗ ਦਾ ਕਰਨ ਲੱਗੇ ਐਂਡ, ਜਿਨ੍ਹਾਂ ਨੇ ਇੱਥੋਂ ਤੱਕ ਵੀਡੀਓ ਦੇਖੀ ਲਾਈਕ ਕੀਤੇ ਬਿਨਾਂ ਬਿਲਕੁਲ ਨਹੀਂ ਜਾਣਾ, ਜਿਹੜੇ ਜਿਹੜੇ ਚੈਨਲ 'ਤੇ ਨਵੇਂ ਜੁੜੇ ਕਰ ਲਿਓ ਸਬਸਕ੍ਰਾਈਬ, ਸੋ ਵੀਡੀਓ ਨੂੰ ਲਾਈਕ ਕੀਤਾ ਅਤੇ ਕਮੈਂਟ ਕਰਿਆ ਕਰੋ। ਦੱਬ ਕੇ ਮਿਲਦੇ ਹਾਂ ਫਿਰ ਕੱਲ੍ਹ ਨੂੰ ਇੱਕ ਹੋਰ ਇੱਦਾਂ ਦੀ ਘੈਂਟ ਜੀ ਵਲੌਗ ਨਾਲ। ਟਿਲ ਦਿਨ ਬਾਬਾ, ਟੇਕ ਕੇਅਰ, ਗੁੱਡ ਨਾਈਟ, ਗੁੱਡ ਨਾਈਟ। ਅੱਛਾ ਤੁਸੀਂ ਨਵੇਂ ਜੁੜੇ ਹੋ ਜੀ, ਕੋਈ ਗੱਲ ਨਹੀਂ, ਗੁੱਡ ਨਾਈਟ ਤਾਂ ਕਰ ਦਿਓ ਫਿਰ, ਕਰਦੇ ਫਿਰ। ਹਾਂ।